ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਲੁਧਿਆਣਾ ਚ ਲੋਕ ਇਨਸਾਫ ਪਾਰਟੀ ਦੇ ਵਰਕਰਾਂ ਵੱਲੋਂ ਡੰਮੀ ਸਮਾਰਟਫੋਨ ਵੰਡ ਕੇ ਸਰਕਾਰ ਦਾ ਵਿਰੋਧ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਨੌਜਵਾਨਾਂ ਨਾਲ ਵਾਅਦਾ ਕੀਤਾ ਸੀ ਕਿ ਉਸ ਦੀ ਸਰਕਾਰ ਆ ਜਾਣ ਤੇ ਨੌਜਵਾਨਾਂ ਨੂੰ ਸਮਾਰਟਫੋਨ ਦਿੱਤੇ ਜਾਣਗੇ, ਪਰ 3 ਸਾਲ ਬੀਤ ਜਾਣ ਤੋਂ ਬਾਅਦ ਵੀ ਹੁਣ ਤੱਕ ਕਿਸੇ ਨੂੰ ਵੀ ਸਮਾਰਟਫੋਨ ਨਹੀਂ ਮਿਲਿਆ, ਜਿਸ ਨੂੰ ਲੈ ਕੇ ਉਹਨਾਂ ਵਿਰੋਧ ਜਤਾਉਂਦੇ ਹੋਏ ਲੋਕਾਂ ਨੂੰ ਡੰਮੀ ਸਮਾਰਟਫੋਨ ਵੰਡੇ ਹਨ। ਉਹਨਾਂ ਕਿਹਾ ਕਿ ਸਰਕਾਰ ਹਰ ਵਾਰ ਸਮਾਰਟਫੋਨ ਦੇਣ ਲਈ ਤਰੀਕਾ ਦਿੰਦੀ ਹੈ, ਪਰ ਮੌਕੇ ਤੇ ਕਹਿ ਦਿੰਦੇ ਹਨ ਕਿ ਖਜ਼ਾਨਾ ਖਾਲੀ ਹੈ। ਪ੍ਰੋਟੈਸਟ ਕੀਤਾ ਗਿਆ ਜੀ ਕਾਂਗਰਸ ਸਰਕਾਰ ਦੇ ਖਿਲਾਫ, ਕਿਉਂਕਿ ਜਿਹੜੇ ਇਹਨਾਂ ਨੇ 2017 ਚ ਵਾਅਦੇ ਕੀਤੇ ਸੀਗੇ ਉਹਨਾਂ ਚੋਂ ਇੱਕ ਵਾਅਦਾ ਸੀਗਾ ਵੀ ਅਸੀਂ ਸਮਾਰਟਫੋਨ ਦੇਵਾਂਗੇ ਯੂਥ ਨੂੰ। 2017 ਇਲੈਕਸ਼ਨ ਤੋਂ ਬਾਅਦ ਯੂਥ ਸਾਰਾ ਉਡੀਕਦਾ ਰਿਹਾ। ਫਿਰ ਇੱਕ ਬਿਆਨ ਆਉਂਦਾ ਬਈ 2018 ਦੀਵਾਲੀ ਦੇ ਦਿਆਂਗੇ। ਦੀਵਾਲੀ ਤੋਂ ਬਾਅਦ ਕਹਿੰਦੇ ਨੇ ਖਜ਼ਾਨਾ ਖਾਲੀ ਹੈ, ਹਜੇ ਅਸੀਂ ਨਹੀਂ ਦੇ ਸਕਦੇ। ਯੂਥ ਫਿਰ ਉਡੀਕਦਾ ਰਿਹਾ, ਫਿਰ ਕਹਿੰਦੇ ਸੀਗੇ ਵੀ ਹੁਣ ਐਤਕੀ ਕੈਪਟਨ ਸਾਹਿਬ ਦਾ ਖੁਦ ਦਾ ਬਿਆਨ ਆਇਆ ਸੀਗਾ ਵੀ 26 ਜਨਵਰੀ ਨੂੰ ਅਸੀਂ 100% ਫੋਨ ਦੇ ਦਿਆਂਗੇ, ਅਸੀਂ ਖਰੀਦ ਲਏ ਨੇ। 26 ਜਨਵਰੀ ਨੂੰ ਫਿਰ ਮਨਪ੍ਰੀਤ ਬਾਦਲ ਜੀ ਕਹਿੰਦੇ ਖਜ਼ਾਨਾ ਖਾਲੀ ਹੈ। ਪਹਿਲੀ ਗੱਲ ਤਾਂ ਮੈਂ ਇਹ ਪੁੱਛਣਾ ਚਾਹੁੰਦਾ ਵੀ ਜਿਹੜਾ ਖਜ਼ਾਨਾ ਖਾਲੀ ਸੀ, ਤੁਸੀਂ ਤਾਂ ਪਹਿਲੇ ਵੀ ਵਿੱਤ ਮੰਤਰੀ ਸੀਗੇ ਪਿਛਲੀ ਸਰਕਾਰ 'ਚ ਅਕਾਲੀ ਦਲ 'ਚ, ਵੀ ਤੁਹਾਨੂੰ ਉਦੋਂ ਨਹੀਂ ਪਤਾ ਸੀਗਾ ਵੀ ਖਜ਼ਾਨਾ ਖਾਲੀ ਹੈ? ਤੁਸੀਂ ਉਹ ਵਾਅਦਾ ਕੀਤਾ, ਉਸ ਤੋਂ ਬਾਅਦ ਕਹਿੰਦੇ ਰਹੇ ਦੇ ਰਹੇ ਹਾਂ। ਹਰ ਵਾਰੀ ਜਦੋਂ ਡੇਟ ਦਿੰਦੇ ਹੋ ਉਸ ਡੇਟ 'ਤੇ ਆ ਕੇ ਕਹਿ ਦਿੰਦੇ ਹੋ ਖਜ਼ਾਨਾ ਖਾਲੀ ਹੈ। ਸੋ ਅਸੀਂ ਇੱਕ ਆਪਣੇ ਹਿਸਾਬ ਨਾਲ ਲੋਕਾਂ ਨੂੰ ਇੱਧਰ ਸਮਾਰਟਫੋਨ ਦਿੱਤੇ ਨੇ ਅਤੇ ਆਪਣੇ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਵੀ ਸ਼ਾਇਦ ਥੋੜ੍ਹੀ ਬਹੁਤ ਸ਼ਰਮ ਖਾਣ ਤੇ ਲੋਕਾਂ ਜਿਹੜੇ ਕੀਤੇ ਵਾਅਦੇ ਹੈ ਉਹ ਪੂਰੇ ਕਰਨ। ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ। ਨਵੀਆਂ ਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ YouTube ਚੈਨਲ ਸਬਸਕ੍ਰਾਈਬ ਕਰੋ। ਸਾਂਝ ਟੀਵੀ ਤੇ ਸਿਰਫ ਖਬਰਾਂ ਜਾਣਨ ਦੇ ਲਈ ਨਹੀਂ, ਸੱਭਿਆਚਾਰਕ ਪ੍ਰੋਗਰਾਮ, ਖਾਸ ਮੁਲਾਕਾਤ ਦੇ ਵਿੱਚ ਸੋਸ਼ਲ ਇਸ਼ੂ, ਪੋਲੀਟੀਕਲ ਇਸ਼ੂ, ਇਹਨਾਂ ਸਾਰੇ ਇਸ਼ੂਜ਼ ਨੂੰ ਜਾਣਨ ਦੇ ਲਈ ਸਬਸਕ੍ਰਾਈਬ ਕਰੋ ਆਪਣਾ YouTube ਚੈਨਲ ਸਾਂਝ ਟੀਵੀ।